ਸੁਖਾਲ ਮੈਂ ਰਜਿੰਦਰ ਕੌਰ ਫ੍ਰੀ ਮੀਡੀਆ ਵੱਲੋਂ ਤੁਹਾਡਾ ਸਵਾਗਤ ਕਰਦੀ ਹਾਂ ਅਸੀਂ ਕੈਨੇਡਾ ਦੇ ਚੈਨਲ ਵਾਈ ਅਤੇ ਯੂਕੇ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਬੁਲਟਿਨ ਦੀ ਸ਼ੁਰੂਆਤ ਕਰ ਰਿਹਾ ਹੈਡਲਾਈਨਸ ਦੇ ਨਾਲ ਲੁਧਿਆਣਾ ਸ਼ਿਵ ਸੈਨਾ ਯੂਵਾ ਮੋਰਚਾ ਦੇ ਪ੍ਰਧਾਨ ਅਮਿਤ ਅਰੋੜਾ ਤੇ ਹਮਲੇ ਤੋਂ ਬਾਅਦ ਪਾਰਟੀ ਵਰਕਰਾਂ ਨੇ ਕੀਤਾ ਰੋਸ ਮਾਰਚ ਤੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰਾਂ ਨਾਲ ਖੇਬੜੇ ਸ਼ਿਵ ਸੈਨਿਕ ਲੁਧਿਆਣਾਸ਼ ਮਾਹੌਲ ਬਣਿਆ ਰਿਹਾ ਤਣਾਅਪੂਰਨ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਭਰਤਿੰਦਰ ਸਿੰਘ ਚਾਹਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹੋਏ ਬਰੀ ਸੁਪਾਲ ਸਿੰਘ ਖਹਿਰਾ ਨੇ ਕਿਹਾ ਅਕਾਲੀ ਕਾਂਗਰਸੀਆਂ ਦੇ ਦੋਸਤਾਨਾ ਮੈਚ ਦਾ ਉਦਾਹਰਣ ਹੈ ਭਰਤਿੰਦਰ ਦਾ ਮਾਮਲੇ 'ਚ ਬਰੀ ਹੋਣਾ ਲੋਕ ਸਭਾ ਦੇ ਸਾਬਕਾ ਸਪੀਕਰ ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਕਦਾਵਰ ਕਾਂਗਰਸੀ ਨੇਤਾ ਬਲਰਾਮ ਜਾਖੜ ਦਾ ਕੀਤਾ ਗਿਆ ਅੰਤਿਮ ਸੰਸਕਾਰ ਸੰਸਕਾਰ ਮੌਕੇ ਰਾਜਸਥਾਨ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਰਹੇ ਹਾਜ਼ਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਕਸ਼ਮੀਰ ਦੇ ਸਿਆਚਿਨ ਗਲੇਸ਼ੀਅਰ ਦੇ ਬਰਫੀਲੇ ਤੂਫਾਨ ਦੇ ਕਾਰਨ ਦਸ ਦੇ ਲਗਭਗ ਜਵਾਨਾਂ ਦੇ ਲਾਪਤਾ ਹੋਣ ਦਾ ਖਦਸ਼ਾ ਬਚਾਅ ਮਹਿੰਮ ਜਾਰੀ ਦਿੱਲੀ ਦੀ ਕੇਜੀਵਾਲ ਸਰਕਾਰ ਨੂੰ ਸਕੂਲਾਂ ਚ ਮੈਨੇਜਮੈਂਟ ਕੋਟਾ ਖਤਮ ਕਰਨ ਦੇ ਮਾਮਲੇ ਚ ਹਾਈ ਕੋਰਟ ਦਾ ਝਟਕਾ ਸਕੂਲਾਂ ਚ ਬਰਕਰਾਰ ਰਹੇਗਾ ਕੋਟਾ ਲੁਧਿਆਣਾ 'ਚ ਬੀਤੇ ਦਿਨ ਦੇਸ਼ ਸ਼ਾਮ ਸ਼ਿਵ ਸੈਨਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਵੀਰਵਾਰ ਗੁੱਸੇ ਚਾਏ ਸ਼ਿਵ ਸੈਨਿਕਾਂ ਨੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰ ਲੋਕਾਂ ਦੀਆਂ ਤੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ ਇਸ ਮੌਕੇ ਕੁਝ ਦੁਕਾਨਦਾਰਾਂ ਨਾਲ ਰੋਸ ਮਜ਼ਹਰਾ ਕਰ ਰਹੇ ਲੋਕਾਂ ਦੀ ਕਾਫੀ ਬਹਿਸ ਵੀ ਹੋਈ ਲੁਧਿਆਣਾ ਦੀ ਬਸਤੀ ਜੋਦੇਵਾਲ ਚੌਂਗ 'ਚ ਬੀਤੇ ਦਿਨੀ ਦੋ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਅਣਿਵਾਗ ਗੋਲੀਆਂ ਚਲਾ ਦਿੱਤੀਆਂ ਜੈchusiv ਸੈਨਾ ਯੂਵਾ ਮੋਰਚਾ ਦੇ ਪ੍ਰਧਾਨ ਅਮਿਤ अरोड़ा ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਡੀਐਮਸੀ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਕੱਟਨਾ ਬੀਤੀ ਰਾਤ ਦੀ ਹੈ ਜਦੋਂ ਹੌਜ਼ਰੀ ਵਪਾਰੀ ਅਮਿਤ अरोड़ा ਆਪਣੀ ਕਾਰ 'ਚ ਬੈਠ ਕੇ ਬਸਤੀ ਜੋਦੇਵਾਲ ਚੌਂਕ 'ਚ ਰੇੜੀ ਤੇ ਸੂਪੀ ਰਿਹਾ ਸੀ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਹਨਾਂ ਦੇ ਨੇੜੇ ਆ ਕੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਇਨ੍ਹਾਂ ਚੋਂ ਦੋ ਗੋਲੀਆਂ ਅਰੋੜਾ ਦੇ ਗਰਦਨ ਤੇ ਲੱਗੀਆਂ ਅਤੇ ਉਹ ਲਹੂ ਲਹਾਨ ਹੋ ਕੇ ਸੀਟ ਤੇ ਹੀ ਡਿੱਗ ਪਏ ਸਰ ਸਾਡੇ 빅 ਬ੍ਰਦਰ ਜੋ ਬਡੇ ਭਾਈ ਹੈ ਉਹ ਯਹਾਂ ਪਰ ਖੜੇ ਸੂਪ ਪੀ ਰਹੇ تھے ਕੌਣ ਕੀ ਨਾਮ ਹੈ ਅਮਿਤ ਰੋੜਾ ਜੀ ਰਾਸ਼ਟਰੀ ਪ੍ਰਧਾਨ शिवसेना ਪੰਜਾਬ ਯੂਵਾ ਅੱਛਾ ਯਹਾਂ ਪਰ ਖੜੇ ਸੂਪ ਪੀ ਰਹੇ تھے ਉਹਨਾਂ ਦੇ ਸਾਥ ਗਨਮੈਨ ਥਾ ਉਹਨਾਂ ਦਾ ਬੋਡੀਗਾਰਡ ਜੋ ਗਨਮੈਨ ਮਿਲਿਆ ਪੰਜਾਬ ਸਰਕਾਰ ਦਾ ਸਾਥ ਮੇਂ ਉਹਨਾਂ ਕੇ ਵਰਕਰ ਥਾ ہمارا ਜੋ ਹਮਾਰੇ ਬਾਦ ਜੋਬ ਕਰਤਾ ਹੈ ਮਨੀ सो so, यहाँ पर खड़े थे उनका शीशा डाउन था सूप पी रहे थे पीछे से दो अन पछाते लोग आए उन्होंने फायरिंग कर दी जो यहाँ पर लगी उनकी गर्दन पे अमित भैया के अमित अरोड़ा जी के गर्दन पे लगी है जो अब हमने आधा घंटा एम्बुलेंस की उड़ीक की है और जो यहाँ पर ग्वानी है जो मौके पे मौजूद थे वो बता रहे हैं आधा घंटे हमने एम्बुलेंस की उड़ीक की है सो आधा घंटे तक एम्बुलेंस नहीं आई तो इन्होंने देखते हुए जो आसपास के लोग थे इन्होंने अपने स्कूटर पे बिठा के सीएमसी भैया को एडमिट कराया जो भी इमरजेंसी में दाखिल ਆਪਣੇ ਯੁਵਾ ਨੇਤਾਤੇ ਚលੀਆਂ ਗੋਲੀਆਂ ਤੋਂ ਬਾਅਦ ਗੁੱਸੇਚਾਏ ਸ਼ਿਵ ਸੈਨਕਾ ਨੇ ਲੁਧਿਆਣਾ ਚ ਰੋਸ ਪ੍ਰਦਰਸ਼ਨ ਕੀਤਾ ਪਰ ਇਹ ਰੋਸ ਪ੍ਰਦਰਸ਼ਨ ਘਟ ਅਤੇ ਗੁੰਡਾਗਰਦੀ ਜ਼ਿਆਦਾ ਲੱਗ ਰਹੀ ਸੀ ਜਿੱਥੇ ਰੋਸ ਮੁਜ਼ਾਹਰਾ ਕਰ ਰਹੇ ਸ਼ਿਵ ਸੈਨਿਕ ਦੁਕਾਨਦਾਰਾਂ ਦੀਆਂ ਦੁਕਾਨਾਂ ੱਤੇ ਨਾਲ ਬੰਦ ਕਰਾਉਂਦੇ ਰਹੇ ਇਸ ਦੌਰਾਨ ਕੁਝ ਦੁਕਾਨਦਾਰਾਂ ਨਾਲ ਸ਼ਿਵ ਸੈਨਾ ਦੇ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਪੂਰਨ ਹੋ ਗਿਆ ਰੋਸ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਸਥਾਨਕ ਪੁਲਿਸ ਨੂੰ ਮੁਲਜ਼ਮਾਂ ਨੂੰ ਕਾਬੂ ਕਰਨ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਪ੍ਰਸ਼ਾਸਨ ਆਏ ਦਿਨ ਹਿੰਦੂਆਂ 'ਤੇ ਹੋ ਰਿਹਾ ਅਤਿਆਚਾਰ ਹਿੰਦੂਆਂ 'ਤੇ ਹੋ ਰਹੇ ਹਮਲੋ ਨੂੰ ਰੋਕ ਨਹੀਂ ਪਾ ਰਹਾ ਹੈ। ਹਮੇਂ ਲੱਗ ਰਹਾ ਹੈ ਕਿ ਪੰਜਾਬ 'ਮੈਂ ਹਮ ਪੰਜਾਬ 'ਮੈਂ ਨਹੀਂ ਰਹੇ ਖਾਲਿਸਤਾਨ 'ਮੈਂ ਰਹ ਰਹੇ ਹਾਂ। ਅਮਨੇ ਅੱਜ ਅਮਿਤ ਰੋੜਾ ਜੀ ਕੇ ਗੋਲੀ ਲੱਗਣੇ ਦਾ ਪ੍ਰੋਟੈਸਟ 'ਮੈਂ ਲੁਧਿਆਣਾ ਬੰਦ ਕਰਵਾਇਆ ਦੁਕਾਨੇ ਬੰਦ ਕਰਵਾਈ। ਲੋਕੋ ਨੇ ਵੀ ਹਮਾਰਾ ਸਾਥ ਦਿਆ ਉਧਰ ਮੌਕੇ ਤੇ ਮੌਜੂਦ ਰਹੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲ ਚ ਭਰਤੀ ਅਮਿਤ अरोड़ा ਬਿਲਕੁਲ ਠੀਕ ਠਾਕ ਹੈ ਅਤੇ ਛੇਤੀ ਹੀ ਮੁਲਜ਼ਮਾ ਨੂੰ ਕਾਬੂ ਕਰ ਲਿਆ ਜਾਏਗਾ। ਇਹ ਅਮਿਤ अरोड़ा ਲੜਕਾ ਹੈ ਸ਼ਿਵ ਸੈਨਾ ਦਾ। ਉਸ ਕੋ ਕੱਲ ਉਸकी ਬੈਕ ਸਾਈਡ ਪੇ ਉਹ ਗਾੜੀ ਪੇ ਥਾ ਆਪਣੇ ਬਸਤੀ ਜੋਤੀਵਾਲ ਚੌਕ। ਤੋਂ ਵਹਾਂ ਪਰ ਉਸਨੇ ਬਤਾਇਆ ਵੀ ਮੇਰੇ ਯਹਾਂ ਪੇ ਗੋਲੀ ਲਗੀ ਹੈ ਬੈਕ ਸਾਈਡ ਪੇ। ਬਟ ਨਾਓ ਹੀ ਇਜ਼ ਕਾਈਟ ਓਕੇ ਬਿਲਕੁਲ ਬਾਤਾਂ ਕਰ ਰਿਹਾ ਹੈ ਉਹ ਅਭੀ ਇਨਵੈਸਟੀਗੇਟ ਕਰ ਰਹੀ ਹੈ ਅਦਰ ਟੀਮਸ ਕਰ ਰਹੀ ਹੈ ਇਨਵੈਸਟੀਗੇਟ ਉਸ ਕੇ ਪ੍ਰੋਟੈਕਟ ਮੇ ਜੇ ਇਹਨੋਨੇ ਅੱਜ ਕੀਤਾ ਥਾ ਇਹ ਪ੍ਰੋਸੈਸਨ ਨਿਕਾਲਾ ਥਾ ਸੋ ਆਪਣੇ ਨੌਜਵਾਨ ਇਕਾਈ ਦੇ ਪ੍ਰਧਾਨ ਤੇ ਹੋਏ ਹਮਲੇ ਤੋਂ ਬਾਅਦ ਸ਼ਿਵ ਸੈਨਾ ਵਾਲਿਆਂ ਦੀ ਗੁੰਡਾਗਰਦੀਆਂ ਨਾਲ ਦੁਕਾਨਾਂ ਬੰਦ ਕਰਵਾਉਣਾ ਸਾਰਾ ਦਿਨ ਸ਼ਹਿਰ ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਲੁਧਿਆਣਾ ਤੋਂ ਨਵੀਨ ਸ਼ਰਮਾ ਫ੍ਰੀ ਮੀਡੀਆ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਮੰਨੇ ਜਾਂਦੇ ਭਰਤਿੰਦਰ ਸਿੰਘ ਚਾਹਲ ਦੇ ਭ੍ਰਸ਼ਟਾਚਾਰ ਮਾਮਲੇ 'ਚ ਬੜੀ ਹੁੰਨ ਤੇ ਸੁਖਪਾਲ ਸਿੰਘ ਖੈਰਾ ਨੇ ਸਵਾਲ ਖੜੇ ਕੀਤੇ ਨੇ ਖੈਰਾ ਨੇ ਕਿਹਾ ਕਿ ਭਰਤਿੰਦਰ ਸਿੰਘ ਚਾਹਲ ਦੀ ਰਿਹਾਈ ਕੈਪਟਨ ਅਮਰਿੰਦਰ ਸਿੰਘ ਤੇ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ ਇਸ ਨਾਲ ਹੀ ਖਡੂਰ ਸਾਹਿਬ ਜ਼ਿਮਨੀ ਚੋਣਾ ਤੇ ਬੋਲਦਿਆਂ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਸ਼ਰਮਣੀ ਅਕਾਲੀ ਦਲ ਦਾ ਬਾਈਕਾਟ ਕਰਨਾ ਚਾਹੀਦਾ ਹੈ ਪੈਸੇ ਖਾਤੇ ਨੇ ਲੋਕਾਂ ਦੇ ਕੋਲੋਂ ਠਗੀਆਂ ਠੋਰੀਆਂ ਖਡੂਰ ਸਾਹਿਬ ਦੇ ਲੋਕਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਅਪੀਲ ਕਰੂੰਗਾ ਕਿ ਇਸ ਵਾਰ ਪਲੀਜ਼ ਨੋਟਾ ਦਾ ਬਟਨ ਦਬਾਓ ਤੇ ਨੋਟਾ ਹਰਾਵੇ ਬਾਦਲਾ ਨੂੰ ਕਿਉਂਕਿ ਇਹ ਜਿਮਨੀ ਚੋਣ ਨਹੀਂ ਇਹ 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 ਜਮਹੂਰੀਅਤ ਦਾ ਬਲਾਤਕਾਰ ਹੋਣ ਜਾ ਰਿਹਾ ਪੈਸੇ ਡੋਡੇ ਸ਼ਰਾਬ ਪੁਲਿਸ ਦਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਦੁਰਉਪਯੋਗ ਕਰਕੇ ਇਹਨਾਂ ਨੇ ਖਡੂਰ ਸਾਹਿਬ ਦੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰਨੀ ਆ ਕਿਉਂ ਨਾ ਪੰਜਾਬ ਦੇ ਖਡੂਰ ਸਾਹਿਬ ਦੇ ਗੈਰ ਹਤਮੰਦ ਲੋਕ ਨੋਟਾ ਦਾ ਬਟਨ ਦਬਾ ਦਿੰਦੇ ਤੇ ਨੋਟਾ ਹੀ ਹਰਾ ਦੇਵੇ ਤਾਂ ਕਿ ਇਹਨਾਂ ਦੀ ਜਿਹੜੀ ਇੱਕ ਗੈਰ ਕਾਨੂੰਨੀ ਔਰ ਇੱਕ ਐਂਟੀ ਪੀਪਲ ਜਿਹੜੀ ਸਰਕਾਰ ਆ ਉਹਦੇ ਖਫਨ ਵਿੱਚ ਅਖੀਰਲਾ ਕਿਲ ਮਾਰਦੀ ਆ ਆਪਾਂ ਤੇ 2017 ਦੇ ਵਿੱਚ ਇੱਕ ਆਮ عوام ਦੀ ਜਨਤਾ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਸਕੇ ਦੁਬਾਰਾ ਦੁਬਾਰਾ ਪੁਲਿਸ ਝੂਠੇ ਮੁਕਦਮਿਆਂ ਦੇ ਵਿੱਚ ਫਸਾ ਕੇ ਉਹਨਾਂ ਦੀ ਦੁਬਾਰਾ ਦੁਬਾਰਾ ਅਰੈਸਟ ਭਾਰੀ ਆ ਉਹਨਾਂ ਨੂੰ ਡਰਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਡਰਾ ਧਮਕਾ ਕੇ ਆਪਣਾ ਗੁਜ਼ਾਰਾ ਕਰਨਾ ਚਾਹੁੰਦਾ ਸੁਪੀ ਬਾਦਲ ਆਮ ਆਦਮੀ ਪਾਰਟੀ ਇਹਦੀ ਵਿੰਡਿਕਟਿਵ ਪੁਲਿਸ ਐਕਸ਼ਨ ਦਾ ਔਰ ਸਰਬਤ ਖਾਲਸਾ ਦੇ ਆਰਗੇਨਾਈਜ਼ਰਸ ਨੂੰ ਅਗੇਨ ਇਨਵੋਲਵਿੰਗ them ਇਨ ਫਾਲਸ ਕੇਸਸ ਆਫ ਰਾਈਟਿੰਗ ਆਫ ਇਵਨ theft ਜਿਹੜੇ ਝੂਠੇ ਮੁਕਦਮੇ ਬਣਾਏ ਜਾ ਰਹੇ ਉਹਦਾ ਸਟਰੋਂਗ ਕੰਡੈਮਨੇਸ਼ਨ ਕਰਦੀ ਸਖਤ ਸ਼ਬਦਾਂ ਵਿੱਚ ਇਸ ਗੱਲ ਦੀ ਨਿੰਦਿਆ ਕਰਦੇ ਆ ਆਪਣੇ ਤੇ ਲੱਗੇ ਬਲਤਕਾਰ ਦੇ ਇਲਜ਼ਾਮਾਂ ਤੋਂ ਬਾਅਦ ਵੀਰਵਾਰ ਭਾਰਤੀ ਹੌਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਰਦਾਰ ਸਿੰਘ ਨੇ ਕਿਹਾ ਕਿ ਇੰਗਲੈਂਡ ਦੀ ਰਹਿਣ ਵਾਲੀ ਕੁੜੀ ਵੱਲੋਂ ਜੋ ਇਲਜ਼ਾਮ ਉਨ੍ਹਾਂ ਤੇ ਲਗਾਏ ਗਏ ਹਨ ਉਹ ਬੇਬੁਨਿਆਦ ਹਨ ਤੇ ਕੁੜੀ ਮਹਿਜ਼ ਉਨ੍ਹਾਂ ਦੀ ਚੰਗੀ ਦੋਸਤ ਸੀ ਜੋ ਉਸਦੇ ਸੋਸ਼ਲ ਮੀਡੀਆ ਦੇ ਖਾਤੇ 'ਚ ਖੁਦ ਦੀ ਮੰਗਣੀ ਹੋਣ ਦੀਆਂ ਖਬਰਾਂ ਪਾਉਂਦੀ ਰਹਿੰਦੀ ਸੀ लंडन ओलंपिक में हम फेसबुक के थ्रू मिले थे फिर उसके बाद हम मिले भी हैं अच्छे फ्रेंड्स थे ठीक है बट जो उन्होंने मेरे ख्याल से एलिगेशन लगाए हैं जिस तरीके से उन्होंने जो ये वर्ड्स यूज़ किए हैं मेरे ख्याल से हमारे कल्चर में आ, अभी मैं भी डिटेल्स तक जा सकता हूँ बट नहीं आई स्टिल रिस्पेक्ट हर मैं सभी की रिस्पेक्ट करता हूँ उसके बाद जो आई नो माई लिमिट्स तो मैं अपनी कंट्री को रिप्रेजेंट कर रहा हूँ कितने यंगस्टर्स हैं जो हमें वॉच करते हैं ਤੋ ਮੇਰੇ ਕੋ ਆਪਣੇ ਉਪਰ ਬਲੀਵ ਹੈ ਐਸਾ ਕੁਛ ਨਹੀਂ ਹੈ ਔਰ ਬਾਕੀ ਜੋ ਜੈਸੇ ਮੈਨੇ ਪਹਿਲੇ ਬੋਲਾ ਕਿ ਜੋ ਵੀ ਇਨਵੈਸਟੀਗੇਸ਼ਨ ਹੋਗੀ ਫਿਰ ਉਸਕੇ ਮਤਲਬ ਇਹ ਆਮ ਠੀਕ ਹੈ ਬੀਐਸਪੀ ਦਾ ਕਾਂਗਰਸ ਨਾਲ ਪੰਜਾਬ ਵਿੱਚ ਗੱਟ ਚੋੜ ਦਿਆ ਖਬਰਾਂ ਮਹਿਸ ਅਖਬਾਰੀ ਨੇ ਇਨਾਂ ਚ ਹਕੀਕੀ ਤੌਰ ਤੇ ਕੋਈ ਸੱਚਾਈ ਨਹੀਂ ਹੈ ਤੇ ਬੀਐਸਪੀ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ ਇਨਾਂ ਗੱਲਾਂ ਦਾ ਪ੍ਰਗਟਾਵਾ ਬੀਐਸਪੀ ਦੇ ਪੰਜਾਬ ਇਨਚਾਰਜ ਨਰਿੰਦਰ ਕਸ਼ਯਪ ਨੇ ਜਲੰਧਰ ਵਿੱਚ ਕੀਤਾ पार्टी इंचार्ज ने कहा कि वो 117 दिया 117 सीटें थे अपने उम्मीदवार खड़े करेगी करे बहुजन समाज पार्टी ये महसूस करती है कि जब-जब चार कोणीय या पांच पौणिए मुकाबला होता है उस मुकाबले में सबसे ज्यादा फायदा बहुजन समाज पार्टी को इसलिए पंजाब में मिलेगा कि 15 से 20 असेंबली की सीटें आज भी पंजाब में ऐसी हैं जहां पर बहुजन समाज पार्टी को जीत का अंतर हजार से पाँच हज़ार वोटों के मध्य रहता है आम आदमी पार्टी के लड़ जाने से ये अंतर आसानी से समाप्त हो जाएगा और बहुजन समाज पार्टी पंजाब में एक बहुत मजबूत विकल्प के तौर पर जीतने की स्थिति में आ जाएगी इसलिए हमने कहा था कि आम आदमी के पार्टी के आने से पंजाब के चुनाव में फाइट करने से सबसे ज़्यादा सुखद स्थिति अगर पैदा हो रही है ਤੋ ਉਹ ਬਹੁਜਨ ਸਮਾਜ ਪਾਰਟੀ ਕੇ ਲਈ ਪੈਦਾ ਹੋ ਰਹੀ ਹੈ। ਸਾਬਕਾ ਫੌਜੀ ਅੱਜਕਲ ਖੁਸ਼ ਨਜ਼ਰ ਆ ਰਹੇ ਨੇ ਕੇਂਦਰੀ ਸਰਕਾਰ ਨੇ ਸਾਬਕਾ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਬਾਰੇ ਨੋਟੀਫਿਕੇਸ਼ਨ ਕਾਫੀ ਪਹਿਲਾਂ ਜਾਰੀ ਕਰ ਦਿੱਤਾ ਸੀ ਪਰ ਉਸ ਤੋਂ ਸਾਬਕਾ ਸੈਨਿਕ ਪੂਰੀ ਤਰ੍ਹਾਂ ਖੁਸ਼ ਨਹੀਂ ਸਨ ਪਰ ਬੀਤੀ ਰਾਤ ਜਿਵੇਂ ਕੇਂਦਰ ਸਰਕਾਰ ਨੇ ਬਾਕੀ ਰੈਂਡੀਆਂ ਮੰਗਾ ਮੰਨਣ ਦਾ ਫੈਸਲਾ ਕਰ ਲਿਆ ਤਾਂ ਸਾਬਕਾ ਫੌਜੀ ਤੇ ਉਹਨਾਂ ਦੀਆਂ ਪਤਨੀਆਂ ਵੱਲੋਂ ਭਟਿੰਡਾ ਚ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਗਿਆ ਤਾਂ ਜਲੰਧਰ ਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਨੀ ਲੰਬੀ ਲੜਾਈ ਕੋਈ ਵੀ ਨਹੀਂ ਲੜੀ ਗਈ ਜਿੰਨੀ ਕਿ ਸਾਨੂੰ ਸਾਬਕਾ ਫੌਜੀਆਂ ਨੂੰ ਲੜਨੀ ਪਈ ਐਨੇ ਸਾਲ ਤੱਕ ਕੋਈ ਲੜਾਈ ਨਹੀਂ ਚੱਲੀ ਜਿਹੜੀ ਸਾਨੂੰ ਦੁਬਾਰਾ ਲੜਨੀ ਪਈ ਪਹਿਲਾਂ ਅਸੀਂ 65 ਵਾਲੀ 62 ਵਾਲੀ ਸਾਰੀ ਲੜੀ 71 ਵਾਲੀ ਵੀ ਲੜੇ ਪਰ ਹੁਣ ਸਾਨੂੰ ਬਹੁਤ ਲੰਬੀ ਲੜਾਈ ਲੜਨ ਤੋਂ ਬਾਅਦ ਇਹ ਅੱਜ ਜਿੱਤ ਹੋਈ ਐ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਸਾਡਾ ਜੋ 1 ਰੈਂਕ 1 ਪਰਸਨ ਕਾਫੀ ਚਿਰ ਤੋਂ ਸਾਡਾ ਇਹ 40 ਸਾਲਾਂ ਤੋਂ ਮਸਲਾ ਲਟਕਦਾ ਆ ਰਿਹਾ ਸੀ ਆ ਅੱਜ ਸੈਂਟਰ ਸਰਕਾਰ ਨੇ ਖਾਸ ਕਰਕੇ ਨਰਿੰਦਰ ਮੋਦੀ ਜੀ ਨੇ ਇਹ ਸਾਡੀ ਮੰਗ ਨੂੰ ਬਹੁਤ ਹੀ ਗ੍ਰਿਪਤਾ ਨਾਲ ਨਾਲ ਮਨਜ਼ੂਰ ਕਰਾਇਆ ਹੈ ਇੰਨੀ ਸਰਵਿਸ ਦੇ ਦੌਰਾਨ ਸਰਕਾਰਾਂ ਬਹੁਤ ਜ਼ਿਆਦਾ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਲੇਕਿਨ ਫੌਜੀਆਂ ਦੀ ਇਹ ਜੋ ਡਿਮਾਂਡ ਆ ਪੈਣਗੀ ਰੱਖੀ ਹੈ ਲੇਕਿਨ ਹੁਣ ਇਸ ਇਸ ਮੌਜੂਦਾ ਗਵਰਨਮੈਂਟ ਨੇ ਸਾਡੀ ਇਹ ਜਿਹੜੀ ਮੰਗ ਹੈ ਇਹਨੂੰ ਉਹ ਪੂਰੀ ਕੀਤਾ ਹੈ ਔਰ ਸਾਨੂੰ ਇਸ ਤੋਂ ਜ਼ਿਆਦਾ ਹੋਰ ਖੁਸ਼ੀ ਹੋਏਗੀ अगर ਸਾਡੀ ਛੋਟੀ ਡਿਮਾਂਡ ਇੱਕ ਹੋਰ ਹੈ 5 ਸਾਲ 5 ਇਅਰਸ ਵਾਲੀ ਔਰ 1 ਇਅਰਸ ਵਾਲੀ। ਅਗਰ ਇਹ ਵੀ ਡਿਮਾਂਡ ਪੂਰੀ ਕਰ ਦਿੱਤੀ ਜਾਏ ਤਾਂ ਅਸੀਂ ਗਵਰਨਮੈਂਟ ਦੇ ਬਹੁਤ ਬਹੁਤ ਆਭਾਰੀ ਹੋਵਾਂਗੇ। ਕਾਂਗਰਸ ਦੇ ਕद्दावर ਨੇਤਾ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਸਮੇਤ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਬਲਰਾਮ ਜਾਖੜ ਦਾ ਵੀਰਵਾਰ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਹਜ਼ਾਰਾਂ ਸਮਰਥਕਾਂ ਸਮੇਤ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਕਾਂਗਰਸ ਵਿਰੋਧੀ ਧਿਰ ਨੇਤਾ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਰਹੇ ਸਵੇਰੇ ਕਰੀਬ 11 ਵਜੇ ਦਿੱਤੀ ਰਿਵਾਜ ਮੁਤਾਬਿਕ ਪਰਿਵਾਰਿਕ ਮੈਂਬਰਾਂ ਵੱਲੋਂ ਪੂਜਾ ਤੇ ਹੋਰ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਉਸ ਤੋਂ ਬਾਅਦ ਬਲਰਾਮ ਜਾਖੜ ਦੇ ਬੇਟੇ ਸੁਰਿਲ ਜਾਖੜ ਅਤੇ ਹੋਰਨਾ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ ਤੇ ਅੰਤਿਮ ਯਾਤਰਾ ਪਿੰਡ ਚ ਹੋ ਕੇ ਸ਼ਮਸ਼ਾਨ ਘਾਟ ਤੱਕ ਪਹੁੰਚੀ ਜਿੱਥੇ ਪਹਿਲਾ ਸਮਰਥਕਾਂ ਨੂੰ ਅੰਤਿਮ ਦਰਸ਼ਨ ਕਰਵਾਏ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਤੇ ਸੁਨੀਲ ਜਾਖੜ ਸੱਜਣ ਕੁਮਾਰ ਜਾਖੜ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਅਗਨੀ ਦਿੱਤੀ जब से उन्होंने होश संभाला और भगवान तो को प्यारे उस समय तक सदैव किसान के हित की लड़ाई लड़ते रहे किसान की बात करते रहे और वो उन्होंने अपनी राजनीति जो है पंजाब असम्बली से चुनाव की शुरू की उन्नीस सौ सत्तावन में फिर लोकसभा में आए वहाँ पे स्पीकर बने उसके बाद कृषि मंत्री बने देश के राज्यपाल रहे ऊंचे से उच्च पद पर रहे भारतीय कृषक किर्श, समाज के अध्यक्ष रहे लेकिन सदैव जो है किसान की आवाज़ उन्होंने उठाई वो लोकसभा के अध्यक्ष के रूप में मैंने उनको देखा है लंबे समय तक केंद्रीय मंत्री के रूप में देखा है किसानों की समस्याओं को हल कराने के लिए संघर्ष करते हुए देखा है उनके योगदान को कोई भूल नहीं सकता और हमारे बीच नहीं रहे वो हमें सबको आघात लगा है इस पर उनकी आत्मा को शांति प्रदान करें ਹੁਣ ਕੁਝ ਕੌਮੀ ਤੇ ਕੌਮਾਂਤਰੀ ਖਬਰਾਂ ਕਸ਼ਮੀਰ ਦੇ ਸਿਆਚਿਨ ਗਲੇਸ਼ੀਅਰ ਦੇ ਬਰਫੀਲੇ ਤੂਫਾਨ ਦੇ ਕਾਰਨ ਇੱਕ ਵਾਰ ਫੇਰ ਕਈ ਸੈਨਿਕਾਂ ਦੇ ਫਸਣ ਦੀ ਖਬਰ ਆ ਰਹੀ ਹੈ ਫੌਜ ਦਾ ਰੈਸਕਿਊ ਆਪਰੇਸ਼ਨ ਜਾਰੀ ਹੈ ਲੇਕਿਨ ਹੁਣੇ ਤੱਕ ਜਵਾਨਾਂ ਦਾ ਪਤਾ ਨਹੀਂ ਲੱਗਿਆ ਬਰਫ ਦੇ ਤੂਫਾਨ ਵਿੱਚ 10 ਸੈਨਿਕਾਂ ਦੇ ਫਸਣ ਦੀ ਖਬਰ ਮਿਲ ਰਹੀ ਹੈ ਜਿਸ ਵਿੱਚ ਇੱਕ ਜੂਨੀਅਰ ਕਮਿਸ਼ਨ ਅਫਸਰ ਵੀ ਸ਼ਾਮਿਲ ਹੈ ਜਾਣਕਾਰੀ ਮੁਤਾਬਕ ਕਿੰਨਾ ਜਵਾਨਾਂ ਦੇ ਬਚਣ ਦੀ ਉਮੀਦ ਘਟ ਦਸੀ ਜਾ ਰਹੀ ਹੈ ਕਿਉਂਕਿ ਕਾਫੀ ਦੇਰ ਹੋ ਚੁੱਕੀ ਹੈ ਤੇ ਬਚਾਅ ਦਲ ਦੇ ਹੱਥ ਅਜੇ ਤੱਕ ਕੁਝ ਨਹੀਂ ਲੱਗਿਆ ਨਰਸਰੀ ਦਾਖਲੇ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਮੈਨੇਜਮੈਂਟ ਕੋਟਾ ਖਤਮ ਕਰਨ ਦੇ ਆਦੇਸ਼ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਕੋਰਟ ਨੇ ਕਿਹਾ ਹੈ ਕਿ ਸਰਕਾਰ ਨੂੰ ਇਹ ਫੈਸਲਾ ਲੈਣ ਦਾ ਹੱਕ ਹੀ ਨਹੀਂ ਹੈ ਹਾਈ ਕੋਰਟ ਦੇ ਇਸ ਨਿਰਦੇਸ਼ ਤੋਂ ਬਾਅਦ ਫਿਲਹਾਲ ਨਿੱਜੀ ਸਕੂਲਾਂ 'ਚ ਮੈਨੇਜਮੈਂਟ ਕੋਟਾ ਬਰਕਰਾਰ ਰਹੇਗਾ ਦਿੱਲੀ ਸਰਕਾਰ ਨੇ 6 ਜਨਵਰੀ ਨੂੰ ਆਦੇਸ਼ ਜਾਰੀ ਕਰ ਨਿੱਜੀ ਸਕੂਲਾਂ ਤੋਂ ਮੈਨੇਜਮੈਂਟ ਕੋਟਾ ਖਤਮ ਕਰ ਦਿੱਤਾ ਸੀ ਜਿਸ ਦੇ ਖਿਲਾਫ ਨਿੱਜੀ ਸਕੂਲਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਸੰਸਦ ਦਾ ਬਜਟ ਇਜਲਾਸ 23 ਫਰਵਰੀ ਤੋਂ ਸ਼ੁਰੂ ਹੋਏਗਾ ਜਿਸ ਵਿੱਚ ਸਰਕਾਰ ਦੇ ਵਿੱਤੀ ਕਾਰੋਬਾਰ ਤੇ ਜ਼ਿਆਦਾ ਜ਼ੋਰ ਹੋਏਗਾ ਇਜਲਾਸ ਦੇ ਦੌਰਾਨ ਆਮ ਬਜਟ 29 ਫਰਵਰੀ ਨੂੰ ਪੇਸ਼ ਕੀਤਾ ਜਾਏਗਾ ਸੰਸਦੀ ਮਾਮਲਿਆਂ ਦੇ ਮੰਤਰੀ ਵੈਂਕਈਆ ਨਾਇਡੂ ਨੇ ਸੀਸੀਪੀਏ ਦੀ ਬੈਠਕ ਤੋਂ ਬਾਅਦ ਕਿਹਾ ਕਿ ਸੰਸਦ ਦਾ ਬਜਟ ਇਜਲਾਸ 23 ਫਰਵਰੀ ਤੋਂ ਸ਼ੁਰੂ ਹੋਏਗਾ ਰੇਲ ਬਜਟ 25 ਫਰਵਰੀ ਨੂੰ ਪੇਸ਼ ਕੀਤਾ ਜਾਏਗਾ ਆਰਥਿਕ ਸਰਵੇਖਣ 26 ਫਰਵਰੀ ਨੂੰ ਤੇ ਆਮ ਬਜਟ 29 ਫਰਵਰੀ ਨੂੰ ਪੇਸ਼ ਹੋਏਗਾ アメリカ ਦੇ ਰਾਸ਼ਟਰਪਤੀ बराक ओबामा ਨੇ ਪਹਿਲੀ ਵਾਰ ਦੇਸ਼ ਵਿੱਚ ਮੈਰੀਲੈਂਡ ਦੀ ਬਾਲਟਿਮੋਰ ਮਸਜਿਦ ਦਾ ਦੌਰਾ ਕੀਤਾ ਇਸ ਦੌਰਾਨ ਓਬਾਮਾ ਨੇ ਮੁਸਲਿਮ ਮਹਿਲਾਵਾਂ ਨਾਲ ਗੱਲਬਾਤ ਵੀ ਕੀਤੀ ਤੇ ਭਾਸ਼ਣ ਵੀ ਦਿੱਤਾ ਉਹਦੇ ਉੱਤੇ 8 ਸਾਲ ਬਣੇ ਰਹਿਣ ਤੋਂ ਬਾਅਦ ਓਬਾਮਾ ਪਹਿਲੀ ਵਾਰ ਦੇਸ਼ ਵਿੱਚ ਮਸਜਿਦ ਵਿੱਚ ਗਏ ਸਨ ਇਸ ਕਰਕੇ ਇਸ ਦੌਰੇ ਨੂੰ ਸਿਆਸੀ ਨਜ਼ਰ ਨਾਲ ਵੀ ਦੇਖਿਆ ਜਾ ਰਿਹਾ ਹੈ ਇਸ ਦੌਰਾਨ ਓਬਾਮਾ ਨੇ ਆਖਿਆ ਕਿ ਅਮਰੀਕਾ ਵਿੱਚ ਰਾਜਨੀਤਿਕ ਆਜ਼ਾਦੀ ਹੈ ਪਰ ਫਿਰ ਵੀ ਦੇਸ਼ ਵਿੱਚ ਮੁਸਲਿਮ ਪਾਈਚਾਰੇ ਨੂੰ ਲੈ ਕੇ ਚਿੰਤਾ ਤੇ ਡਰ ਦਾ ਮਾਹੌਲ ਹੈ ਇਸ ਦੇ ਬਾਵਜੂਦ ਅਮਰੀਕਾ ਵਿੱਚ ਸਾਰੇ ਧਰਮਾਂ ਨੂੰ ਆਜ਼ਾਦੀ ਹੈ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਮੁਸਲਮ ਮੁੱਦਾ ਕਾਫੀ ਅਹਿਮ ਬਣਿਆ ਹੋਇਆ ਹੈ ਰਾਸ਼ਟਰਪਤੀ ਅਹੁਦੇ ਦੀ ਦਵੈਦਾਰੀ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਨੇ ਅਮਰੀਕਾ ਵਿੱਚ ਮੁਸਲਮ ਪਾਈਚਾਰੇ ਦੇ ਆਂਡ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਜਿਸ ਦੀ ਵਾਈਟ ਹਾਊਸ ਵੱਲੋਂ ਨਿੰਦਾ ਵੀ ਕੀਤੀ ਗਈ ਹੈ ਵਾਟ ਆਨ ਟਾਪ ਆਫ ਥੈਟ ਐਸ ਮੁਸਲਮ ਅਮਰੀਕਨਸ ਯੂ ਆਲਸੋ ਹੈਵ ਅਨਦਰ ਕਨਸਰਨ ਐਂਡ ਥੈਟ ਇਜ਼ ਯੋਰ ਐਨਟਾਇਰ ਕਮਿਊਨਿਟੀ so often is targeted or blamed for the violent acts of the very few. the muslim american community remains relatively small, so several million people in this country. and as a result, most americans don't necessarily know, or at least don't know that they know a muslim personally. and as a result, many only hear about muslims and islam from the news, after an act of terrorism, or in distorted media portrayals in TV or film, all of which gives this hugely distorted impression. And since 9 11, but more recently since the attacks in Paris and San Bernardino, you've seen too often people conflating the horrific acts of terrorism with the beliefs of an entire faith. and of course, recently we've heard inexcusable political rhetoric against muslim americans that has no place in our country. no surprise then that threats and harassment of muslim americans have surged. other party, the american America, the Republican party, the Umeidwar, banan the which shamil donald trump knew, no. ਸਮਰਥਨ ਦੇਣ ਦਾ ਐਲਾਨ ਕੀਤਾ ਹੈ 트럼ਪ ਦਾ ਸਮਰਥਨ ਕਰਨ ਵਾਲੇ ਜ਼ਿਆਦਾਤਰ ਭਾਰਤੀ ਨਿਯਾਇਕ ਤੇ ਨਿਊ ਜਰਸੀ ਦੇ ਰਹਿਣ ਵਾਲੇ ਹਨ ਇਨ੍ਹਾਂ ਭਾਰਤੀਆਂ ਨੇ ਇਸ ਲਈ ਇੱਕ ਸੰਗਠਨ ਵੀ ਬਣਾਇਆ ਹੈ ਇਸ ਦਾ ਨਾਮ ਇੰਡੀਅਨ ਅਮਰੀਕਨ ਫॉर 트럼ਪ 2016 ਹੈ 파티 파이ਚਾਰੇ ਦਾ ਕਹਿਣਾ ਹੈ ਕਿ ਰਾਸ਼ਪਤੀ ਦੇ ਅਹੁਦੇ ਦੀ ਦੌੜ ਵਿੱਚ 트럼ਪ ਸਭ ਤੋਂ ਯੋਗ ਉਮੀਦਵਾਰ ਹਨ ਇਸ ਸੰਗਠਨ ਨੇ ਬਿਆਨ ਜਾਰੀ ਕਰਕੇ ਅਖਿਆ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ 파이ਚਾਰੇ ਨੂੰ 트럼ਪ ਦੀ ਮਦਦ ਕਰਨੀ ਚਾਹੀਦੀ ਹੈ ਪਾਰੇ ਦੇ ਕਿਸਾਨਾਂ ਦੀ ਗਰੀਬੀ ਦੂਰ ਕਰਨ ਲਈ ਪ੍ਰਿੰਸ ਚਾਰਲਸ ਨੇ ਇੱਕ ਨਵੇਂ ਵਿਸ਼ੇਸ਼ ਫੰਡ ਦੀ ਕੋਸ਼ਨਾ ਕੀਤੀ ਹੈ ਜਿਸ ਵਿੱਚ ਕਈ ਲੱਖ ਪੌਂਡ ਦੀ ਧਨ ਰਾਸ਼ੀ ਹੋਣ ਦਾ ਅਨੁਮਾਨ ਹੈ ਬ੍ਰਿਟਿਸ਼ ਰਾਜ ਗੱਦੀ ਦੇ ਵਾਰਿਸ ਨੇ ਬ੍ਰਿਟਿਸ਼ ਏਸ਼ੀਆਨ ਟਰਸਟ ਦੇ ਪ੍ਰਦਾਨ ਦੇ ਤੌਰ ਤੇ ਆਪਣੀ ਯੋਜਨਾਵਾਂ ਬਾਰੇ ਦੱਸਿਆ ਉਹਨਾਂ ਦਾ ਇਹ ਸੰਗਠਨ ਦੱਖਣ ਏਸ਼ੀਆ ਵਿੱਚ ਲੋਕਾਂ ਦੀ ਮਦਦ ਕਰਦਾ ਹੈ ਸ਼੍ਰੀਮਣੀ ਕਾਲੀਦਾਮ ਅੰਮ੍ਰਿਤ ਸਰ ਅਤੇ ਕਈ ਸਿੱਖ ਜਥੇਬੰਦੀਆਂ ਵੱਲੋਂ 7 ਫਰਵਰੀ ਨੂੰ ਬ੍ਰਾਮਟਨ ਵਿੱਚ ਸੱਦੀ ਗਈ ਵorld ਸਿੱਖ ਕਨਵੈਨਸ਼ਨ ਵਿੱਚ ਭਾਰਤ ਦੇ ਰਿਟਾਇਰਡ ਜੱਜ ਜਸਟਿਸ ਮਾਰਕੰਡੇ ਕਾਟਜੂ ਵੀ ਸ਼ਾਮਿਲ ਹੋਣਗੇ ਇਕੱਠ ਵਿੱਚ ਜਸਟਿਸ ਮਾਰਕੰਡੇ ਕਾਟਜੂ ਇੰਗਲੈਂਡ ਤੋਂ ਡਾਕਟਰ ਇਕਦਾਰ ਕਰਮਤ ਚੀਮਾ ਅਤੇ ਬੈਂਕਵਰਡ ਤੋਂ ਪ੍ਰੋਫੈਸਰਨ ਬੀਰ ਸਿੰਘ ਤੋਂ ਇਲਾਵਾ ਪੰਜਾਬ ਤੋਂ ਜਗਤਾਰ ਸਿੰਘ ਹਵਾਰਾ ਦੇ ਮਾਤਾ ਵੀ ਪਹੁੰਚ ਰਹੇ ਹਨ ਪ੍ਰਸਿੱਧ ਕਬੱਡੀ ਕਮੈਂਟੇਟਰ ਸੁਖਚੇਨ ਬਰਾੜ ਨੂੰ ਆਪਣੀ ਪਤਨੀ ਦੇ ਫਸਟ ਡਿਗਰੀ ਕਤਲ ਤਹਿਤ ਚਾਰਜ ਕਰ ਲਿਆ ਗਿਆ 31 ਜਨਵਰੀ ਨੂੰ ਸੜਨੀਆਂ ਵਿਖੇ ਇੱਕ ਟਰੱਕ ਨੂੰ ਅੱਗ ਲੱਗ ਗਈ ਸੀ ਜਿਸ ਵਿੱਚ ਉਹਨਾਂ ਦੀ ਪਤਨੀ ਟਰੱਕ ਸਮੇਤ ਸੜਕੀ ਰਾਖ ਹੋ ਗਈ ਸੀ ਗੁਰਪ੍ਰੀਤ ਕੌਰ ਬਰਾੜ ਦਾ ਇੱਕ ਖਤ ਪੁਲਿਸ ਦੇ ਹੱਥ ਲੱਗਿਆ ਜਿਸ ਵਿੱਚ ਉਸਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਕਰਦਿਆਂ ਸੁਖਚੈਨ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੇ ਨਾਲ ਉਹਨਾਂ ਦੇ ਤਿੰਨ ਬੱਚਿਆਂ ਨੂੰ ਚਿਲड्रन ਏਜ ਸੋਸਾਇਟੀ ਵੱਲੋਂ ਕਸਟਡੀ ਵਿੱਚ ਲੈ ਲਿਆ ਗਿਆ ਭਾਰਤੀ ਆਜ਼ਾਦੀ ਲਹਿਰ ਦੇ ਹੀਰੋ ਭਗਤ ਸਿੰਘ ਨੂੰ ਬ੍ਰਿਟਿਸ਼ ਪੁਲਿਸ ਅਫਸਰ ਦੀ ਮੌਤ ਦੇ ਕੇਸ ਵਿੱਚ ਬੇਕਸੂਰ ਸਾਬਤ ਕਰਨ ਲਈ ਦਰਾਇਰ ਅਰਜ਼ੀ ਉੱਤੇ ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਖੁਦ ਸੁਣਵਾਈ ਕਰਨਗੇ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ 85 ਸਾਲ ਮਗਰੋਂ ਦਾਇਰ ਹੋਈ ਇਸ ਪਟੀਸ਼ਨ ਉੱਤੇ ਸੁਣਵਾਈ ਕਰਨ ਲਈ ਹਾਈ ਕੋਰਟ ਰਾਜ਼ੀ ਹੋ ਗਈ ਹੈ ਪਹਿਲਾਂ ਇਸ ਕੇਸ ਦੀ ਸੁਣਵਾਈ ਤਿੰਨ ਮੈਂਬਰੀ ਬੈਂਚ ਨੇ ਕਰਨੀ ਸੀ ਪਰ ਦੋ ਮੈਂਬਰੀ ਬੈਂਚ ਹੀ ਇਸ ਉੱਤੇ ਸੁਣਵਾਈ ਕਰ ਰਿਹਾ ਸੀ ਹੁਣ ਇਹ ਕੇਸ ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੁਖੀ ਅਤੇ ਵਕੀਲ ਇਤਿਆਜ਼ ਰਾਸ਼ਿਦ ਕੁਰੈਸ਼ੀ ਨੇ ਪਿਛਲੇ ਨਵੰਬਰ ਵਿੱਚ ਲਾਹੌਰ ਹਾਈ ਕੋਰਟ ਵਿੱਚ ਸੁਣਵਾਈ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਕੁਰੈਸ਼ੀ ਨੇ ਕਿਹਾ ਸੀ ਕਿ ਭਗਤ ਸਿੰਘ ਆਜ਼ਾਦੀ ਸੰਗਰਾਮੀਆ ਸੀ ਅਤੇ ਉਸ ਨੇ ਅਣਵੰਡੇ ਭਾਰਤ ਦੇ ਲਈ ਜੰਗ ਲੜੀ ਸੀ ਬ੍ਰਿਟਿਸ਼ ਪੁਲਿਸ ਅਫਸਰ ਜਾਨ ਪੀ ਸੰਰਸ ਦੇ ਕਤਲ ਦੇ ਦੋਸ਼ ਵਿੱਚ ਭਗਤ ਸਿੰਘ ਸੁਖਦੇਵ ਰਾਜਗੁਰੂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਬ੍ਰਿਟਿਸ਼ ਸ਼ਾਸਨ ਸਮੇਂ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ 23 ਮਾਰਚ 1931 ਨੂੰ 23 ਸਾਲ ਦੀ ਉਮਰ ਵਿੱਚ ਭਗਤ ਸਿੰਘ ਨੂੰ ਸਰਕਾਰ ਦੇ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਕੁਰੈਸ਼ਨ ਨੇ ਕਿਹਾ ਕਿ ਭਗਤ ਸਿੰਘ ਨੂੰ ਪਹਿਲਾਂ ਸਾਰੀ ਉਮਰ ਦੀ ਕੈਦ ਹੋਈ ਸੀ ਤੇ ਬਾਅਦ ਵਿੱਚ ਕਿਸੇ ਹੋਰ ਝੂਠੇ ਮਾਮਲੇ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਗਾਇਕ ਤੇ اداکار ਨਵਰਾਜ ਹੰਸ ਅਤੇ ਯੁਵਰਾਜ ਹੰਸ ਦੀ ਫਿਲਮ ਕੈਨੇਡਾ ਦੀ ਫਲਾਈਟ 4 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਦੇ 뮤직 ਲਾਂਚ ਤੇ ਮੌਕੇ ਤੇ ਚੰਡੀਗੜ੍ਹ ਪਹੁੰਚੇ ਦੋਵਾਂ ਅਦਾਕਾਰਾਂ ਨਾਲ ਅਸੀਂ ਖਾਸ ਗੱਲਬਾਤ ਕੀਤੀ ਜਾਂਦੇ ਜਾਂਦੇ ਦੇਖਦੇ ਹਾਂ ਇਸ ਖਾਸ ਗੱਲਬਾਤ ਦੇ ਕੁਝਾਂ ਬ੍ਰਾਂਡਡ ਚਸ਼ਮੇ ਤੇ ਬ੍ਰਾਂਡਡ ਕੱਪੜੇ ਪਾ ਕੇ ਕੈਨੇਡਾ ਦੀ ਫਲਾਈਟ ਲੈ ਕੇ ਆ ਰਹੇ ਨੇ ਨਵਰਾਜ ਹੰਸ ਤੇ ਯੁਵਰਾਜ ਹੰਸ ਸੋ ਫਿਰ ਕੈਨੇਡਾ ਦੀ ਫਲਾਈਟ ਮੈਂ ਤਾਂ ਜੀ ਗਰੀਬ ਬੰਦਾ ਮੈਂ ਤਾਂ ਪਹਿਲੀ ਵਾਰੀ ਚੱਲਾਂ ਕੈਨੇਡਾ ਮੈਂ ਤਾਂ ਪਹਿਲਾਂ ਕਦੀ ਗਿਆ ਹੀ ਨਹੀਂ ਇਜਾਜ਼ਤ ਹਮ ਬਸ ਕੈਨੇਡਾ ਦੀ ਫਲਾਈਟ ਤੋਂ ਸ਼ੁਰੂ ਕਰਾਂਗੇ ਜ਼ਿੰਦਗੀ ਦਾ ਸਫ਼ਰ ਇਹ ਪਹਿਲੀ ਫਿਲਮ ਹੈ ਤੁਹਾਨੂੰ ਦੋਨਾਂ ਦੀ ਇਕੱਠੇ ਕੀ ਮਹਿਸੂਸ ਹੋ ਰਿਹਾ ਹੈ ਐਕਟਿੰਗ ਕਿੰਨੇ ਜ਼ਿਆਦਾ ਵਧੀਆ ਕੀਤੀ ਹੈ ਦੋਨਾਂ ਵਿੱਚ ਐਕਟਿੰਗ ਵੈਲ ਅ ਐਕਟਿੰਗ ਤੇ ਫਿਰ ਮੈਂ ਥੋੜਾ ਜਿਹਾ ਕਮਜ਼ੋਰ ਹਾਂ ਹੀ ਇਸ ਹੀ ਇਸ ਅ ਵਿਕਰ ਐਕਟਰ ਹੀ ਇਸ ਅ ਗੁੱਡ ਐਕਟਰ ਨਹੀਂ ਨਹੀਂ ਗੱਲ ਲੱਗਦੀ ਅਸੀਂ ਉਹ ਅਸੀਂ ਉਸ ਪੁਆਇੰਟ ਆਫ View ਨਾ ਗਏ ਹੀ ਨਹੀਂ ਹਜੇ ਤੱਕ ਦੇਖਿਆ ਹੀ ਨਹੀਂ ਕਿੰਨੇ ਐਕਟਿੰਗ ਹੋਧੀ ਕੀਤੀ ਕਿੰਨੇ ਨਹੀਂ ਕੀਤੀ ਆਪਣੇ ਵੱਲੋਂ ਸਾਰਿਆਂ ਨੇ ਆਪਣਾ ਬੈਸ ਦਿੱਤਾ ਜਿੰਨੇ ਵੀ ਇਸ ਮੂਵੀ ਦੇ ਐਕਟਰ ਸੀਗੇ ਅਮ ਲੈਟਸ ਗੋ ਫॉर ਦਾ ਬੈਸਟ ਕਿਉਂਕਿ ਹਲੇ ਮੂਵੀ ਅਸੀਂ ਵੀ ਨਹੀਂ ਦੇਖੀ ਕਿਹਨੇ ਕਿੱਦਾਂ ਦਾ ਕੰਮ ਕੀਤਾ ਹੈ ਸਹੀ ਗੱਲ ਹੈ ਤੇ ਜਿੱਦਨ ਟ੍ਰਾਇਲ ਹੋਊਗਾ ਉਸ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸ ਪਾਵਾਂਗੇ ਕਿ ਕਿਹਨੇ ਕਿੱਦਾਂ ਦਾ ਕੰਮ ਕੀਤਾ ਬਟ ਸਾਨੂੰ ਇੰਨਾ ਪਤਾ ਕਿ ਮੂਵੀ ਅੱਛੀ ਬਣ ਗਈ ਹੈ ਔਰ ਮੈਂ ਐਕਸਾਈਟਿਡ ਹਾਂ ਬਹੁਤ ਜ਼ਿਆਦਾ ਸਪੈਸ਼ਲੀ ਇਸ ਕਰਕੇ ਕਿਉਂਕਿ ਭਾਜੀ ਨਾਲ ਫਰਸਟ ਮੂਵੀ ਆ ਤੇ ਫਰਸਟ ਟਾਈਮ ਅਸੀਂ ਔਨ ਸਕਰੀਨ ਆਉਣਾ ਇਕੱਠਿਆਂ ਤੇ ਤੁਹਾਨੂੰ ਸਾਡੀ ਕਿਮਿਸਟਰੀ ਵੀ ਦਿਖੂਗੀ ਹਾਂ ਉਹ ਹੁਣੇ ਵੀ ਦਿਖ ਰਹੀ ਹੈ ਹੋਪਫੁਲੀ ਫਿਲਮ ਵਿੱਚ ਵੀ ਦਿਖੇਗੀ 뮤ਜ਼ਿਕ ਰਿਲੀਜ਼ ਹੋ ਗਿਆ 뮤ਜ਼ਿਕ ਤੋਂ ਕਿੰਨੀ ਉਮੀਦ ਹੈ ਕਿ ਨਾ ਹਿਟ ਹੋਣ ਵਾਲਾ ਹੈ ਮਿਊਜ਼ਿਕ ਬਹੁਤ ਅੱਛਾ ਜੀ ਫਿਲਮ ਦਾ ਸੱਚੀ ਦੱਸਾਂ ਤੁਹਾਨੂੰ ਮੈਂ ਵੱਖਰਾ ਕੀ ਹੈ ਇਸ ਵਿੱਚ ਵੱਖਰਾ ਇਹ ਚ ਇਹ ਹੈ ਜੀ ਇੱਕ ਤਾਂ ਮੇਰਾ ਜਿਹੜਾ ਫੇਵਰਿਟ ਗਾਣਾ ਇੱਕ ਮਾਂ ਤੇ ਗਾਣਾ ਮੈਂ ਪਹਿਲੀ ਵਾਰੀ ਲਾਈਫ ਚ ਮਾਂ ਤੇ ਗਾਣਾ ਗਾਇਆ ਉਹ ਮੇਰਾ ਫੇਵਰਿਟ ਗਾਣਾ ਹੈ ਫਿਲਮ ਦਾ ਔਰ ਬਾਕੀ ਜਿਹੜੇ ਐਕਚੁਅਲੀ ਵੱਖਰਾ ਜੇ ਅਸੀਂ ਜੇ ਅਸੀਂ ਕਿਉਂਕਿ ਇਟਸ ਨਾਟ ਅ ਐਕਸਪੈਰੀਮੈਂਟਲ ਫਿਲਮ ਔਰ ਸੀਰੀਅਸ ਫਿਲਮ ਅਸੀਂ ਚ ਬਹੁਤ ਜ਼ਿਆਦਾ ਐਕਸਪੈਰੀਮੈਂਟ ਨਹੀਂ ਕਰ ਸਕਦਾ ਜੋ ਮਿਊਜ਼ਿਕ ਦੀ ਰਿਕੁਆਇਰਮੈਂਟ ਜੋ ਫਿਲਮ ਦੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗਲੀ ਮਿਊਜ਼ਿਕ ਬਣਿਆ ਹੈ ਕੈਨੇਡਾ ਦੀ ਫਲਾਈਟ ਲੋਕ ਦੇਖ ਪਹਿਲੀ ਗੱਲ ਤਾਂ ਇਹ ਕਿ ਜੀ ਅਸੀਂ ਫॉर ધ ਵੈਰੀ ਫਰਸਟ ਟਾਈਮ ਐ ਤਾਂ ਨਵਰਾਜ ਭਾਜੀ ਇਕੱਠੇ ਆ ਰਹੇ ਆ ਔਰ ਸੈਕੰਡਲੀ ਇਹ ਆ ਕਿ ਥੋੜਾ ਕਾਮੇਡੀ ਹੈਗੀ ਮੈਂ ਮੰਨਦਾ ਕਾਮੇਡੀ ਚੱਲ ਰਹੀ ਹੈ ਬਟ ਇੱਕ ਸਬਜੈਕਟ ਡਿਫਰੈਂਟ ਆ ਥਾਟ ਡਿਫਰੈਂਟ ਆ ਉਹਨੂੰ ਕਿੱਦਾਂ ਪੋਰਟ੍ਰੇ ਕਰਨਾ ਉਸ ਸਬਜੈਕਟ ਨੂੰ ਕਾਮੇਡੀ ਇਦਾਂ ਨਹੀਂ ਕਿ ਥੋਪੀ ਆ ਕਾਮੇਡੀ ਸਿਚੁਏਸ਼ਨਲ ਕਾਮੇਡੀ ਆ ਉਹ ਸਿਚੁਏਸ਼ਨਸ ਨਾਲ ਕਿੱਦਾਂ ਕਾਮਿਕ ਬਣ ਜਾਂਦੀ ਟਾਈਮਿੰਗ ਸਾਰਾ ਕੁਝ ਉਹ ਆ ਡਿਫਰੈਂਟ ਸਟੋਰੀ ਆ ਔਰ ਇੱਕ ਅੱਛਾ ਇੱਕ ਸੋਸ਼ਲ ਮੈਸੇਜ ਆ ਬਹੁਤ ਅੱਛਾ ਇਸ ਐਂਡ ਚ ਆ ਉਹ ਸੀ ਰਿਵੀਲ ਨਹੀਂ ਕਰ ਸਕਦੇ ਬਟ ਉਹ ਜਦੋਂ ਲੋਕੀ ਦੇਖੂਗੇ ਉਹ ਕਨੈਕਟਿਡ ਵੀ ਫੀਲ ਕਰੂਗੇ ਔਰ ਉਹਨਾਂ ਨੂੰ ਥੋੜਾ ਜਿਹਾ ਸਮਝ ਵੀ ਆਏ ਕਿ ਨਹੀਂ ਮੁੰਡੇ ਠੀਕ ਸੀਗੇ ਆਪਣੀ ਜਗ੍ਹਾ ਜੋ ਵੀ ਸੀ ਹਾਂਜੀ ਨਿਵਰਾਜ ਕਿਉਂ ਆਨ ਲੋਕੀ ਫਿਲਮ ਦੇਖਣ ਤੁਹਾਡੀ ਜਿਦਾ ਯੂਵੀ ਨੇ ਪਹਿਲਾਂ ਦੱਸਿਆ ਕਿ ਸਭ ਤੋਂ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਸ ਗੱਲ ਦੀ ਖੁਸ਼ੀ ਕਿ ਅਸੀਂ ਇਕੱਠੇ ਦੋਨੇ ਪਹਿਲਾਂ ਆ ਰਹੇ ਆ ਹੀ ਇਸ ਹੀ ਇਸ ਲਾਈਕ ਮਾਈ ਬੇਬੀ ਕਮਜ ਮਿਰ ਤੋਂ ਬੋ ਵੱਡਾ 스타 ਵੀ ਵੱਡਾ ਆ ਨਾਮ ਵੀ ਵੱਡਾ ਆ ਦਾ ਫਿਲਮਾਂ ਵੀ ਹਿੱਟ ਦਿੱਤੀਆਂ ਬਟ ਹੀ ਸਟਿਲ ਲਾਈਕ ਅ ਬੇਬੀ ਟੂ ਮੀ ਮੇਰਾ ਮੇਰਾ ਲਾਡਲਾ ਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਸੀ ਦੋਨੇ ਸਕਰੀਨ ਤੇ ਇਕੱਠੇ ਆ ਰਹੇ ਸੀ ਕੰਮ ਕਰਦੇ ਸੀ ਨਾ ਉਹਦੀ ਮੈਨੂੰ ਬੜੀ ਐਕਸਾਈਟਮੈਂਟ ਸੀ ਦੇਖਣ ਨੂੰ ਫਿਲਮ ਜ਼ਰੂਰ ਦੇਖਣਾ ਲੋਕ ਉਹਨਾਂ ਨੂੰ ਕੁਝ ਬਹੁਤ ਇੱਕ ਡਿਫਰੈਂਟ ਚੀਜ਼ ਮਿਲੂਗੀ ਦੇਖਣ ਲਈ ਇਟਸ ਨਾਟ ਜਸਟ ਅ ਕਾਮੇਡੀ ਫਿਲਮ অর ਅ ਸੀਰੀਅਸ ਫਿਲਮ ਜਿੱਦਾਂ ਯੁਵਰਾਜ ਜੀ ਨੇ ਦੱਸਿਆ ਕਿ ਇਹਦੇ ਥਰੂ ਇੱਕ ਮੈਸੇਜ ਮਿਲੂਗਾ ਯੂਥ ਨੂੰ ਕਿ ਜਦੋਂ ਮਿਸਲੈਡ ਹੋ ਜਾਂਦਾ ਕਈ ਵਾਰੀ ਬੰਦਾ ਕੋਈ ਕਿਸੇ ਦੀਆਂ ਗੱਲਾਂ ਚ ਆ ਕੇ ਯੂਥ ਬਹੁਤ ਕਿਉਂਕਿ ਉਹ ਏ ਜੀ ਇਦਾਂ ਨਹੀਂ ਹੁੰਦੀ ਐ 3 ਏ ਜੀ ਇਦਾਂ ਦੀ ਐ ਜਿਹਦੇ ਤੁਸੀਂ ਬਹੁਤ ਭਟਕ ਜਾਂਦੇ ਬਹੁਤ ਵਾਰੀ ਜਾਂ ਕਈ ਵਾਰੀ ਫ੍ਰਸਟ੍ਰੇਸ਼ਨ ਚ ਆ ਕੇ ਬੰਦਾ ਕੋਈ ਗਲ ਸਟੈਪ ਚੱਕ ਲੈਂਦਾ ਤੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਸਿੱਖ ਹੋਊਗੀ ਇਹਦੇ ਚ ਬਹੁਤ ਵੱਡਾ ਸੋਸ਼ਲ ਮੈਸੇਜ ਐ ਜ਼ਰੂਰ ਯੂਥ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦੇਖਣ ਆਓ ਫਨ ਵੀ ਐ ਬਟ ਐਟ ਦ ਐਂਡ ਯੂਲ ਫੀਲ ਹੈਪੀ ਚਲੋ ਹੁਣ ਟਾਈਟਲ Song ਵੀ ਸੁਣਾ ਦੋ ਕੱਠੇ ਜਿਹੜਾ ਤੁਸੀਂ ਗਾਇਆ ਹਾਂਜੀ ਹੂੰ ਬ੍ਰਾਂਡਡ ਚਸ਼ਮੇ ਲਾਵਾਂਗੇ ਬ੍ਰਾਂਡਡ ਕੱਪੜੇ ਪਾਵਾਂਗੇ ਹੋ ਬ੍ਰਾਂਡਡ ਚਸ਼ਮੇ ਲਾਵਾਂਗੇ ਬ੍ਰਾਂਡਡ ਕੱਪੜੇ ਪਾਵਾਂਗੇ ਉਹ ਸਾਡਾ ਹੋ ਜਾਣਾ ਫਿਊਚਰ ਬ੍ਰਾਈਟ ਮਿੱਤਰੋ ਕੱਲ ਐ ਕੈਨੇਡਾ ਦੀ ਫਲਾਈਟ ਮਿੱਤਰੋ ਕੱਲ ਐ ਕੈਨੇਡਾ ਦੀ ਫਲਾਈਟ ਮਿੱਤਰੋ ਉਹ ਸਾਡਾ ਹੋ ਜਾਣਾ ਫਿਊਚਰ ਬ੍ਰਾਈਟ ਮਿੱਤਰੋ ਕੱਲ ਐ ਕੈਨੇਡਾ ਦੀ ਫਲਾਈਟ ਮਿੱਤਰੋ 4 ਮਾਰਚ ਨੂੰ ਐ ਕੈਨੇਡਾ ਦੀ ਫਲਾਈਟ ਮਿੱਤਰੋ मेरी फेवरेट कनाडा दी फ्लाइट थैंक यू सो मच सो 4 मार्च ਨੂੰ ਰਿਲੀਜ਼ ਹੋ ਰਹੀ ਹੈ ਕੈਨੇਡਾ ਦੀ ਫਲਾਈਟ اور ਹੋਪਫੁਲੀ 스타స్ ਕਾਸ ਨੂੰ ਉਮੀਦ ਹੈ ਕਿ ਇਹ ਫਿਲਮ ਹਿੱਟ ਹੋਏਗੀ 4-5 ਨੂੰ ਜ਼ਰੂਰ ਦੇਖੋ ਉਹਨਾਂ ਦੀ ਤਰਫੋਂ ਵੀ ਇਹ ਗੁਜ਼ਾਰਿਸ਼ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਪੰਗਤ ਸ਼ਰਮਾ ਦੇ ਨਾਲ ਰਜਿੰਦਰ ਕੌਰ ਫ੍ਰੀ ਮੀਡੀਆ